ਪੇਸ਼ ਕਰਨ ਲੱਗੇ ਹਾਂ। ਕੌਣ ਜਨਾਬ? ਪੀਰਾਂ ਨੇ ਪੀਰ ਦਸਤਗੀਰ ਗੌਸ ਪਾਕ। ਇੱਕ ਬੀਬੀ ਦੇ ਔਲਾਦ ਨਾ ਹੁੰਦੀ ਸੀ, ਕਿਸੇ ਫਕੀਰ ਨੇ ਦੱਸਿਆ ਕਿ ਜਾ ਤੂੰ ਬਗਦਾਦ ਦੇ ਵਿੱਚ ਇੱਕ ਜਿਲਾਨ ਪਿੰਡਾਂ ਤੇ ਚਲੀ ਜਾ, ਉੱਥੇ ਕੌਣ? ਹਜ਼ਰਤ ਪੀਰਾਂ ਨੇ ਪੀਰ ਦਸਤਗੀਰ ਗੌਸ ਪਾਕ ਦੇ ਵਾਲਿਦ ਸਾਹਿਬ ਜਨਾਬ ਅਬੂ ਸਵਾਲਾ, ਉੱਥੇ ਤੇਰੀ ਇਹ ਜੋ ਮੁਰਾਦ ਹੈ ਪੂਰੀ ਹੋ ਜਾਊਗੀ। ਉਹ ਫਕੀਰ ਦਾ ਕਹਿਣਾ ਮੰਨ ਕੇ ਉਹ ਮਾਈ ਕਿੱਥੇ ਪਹੁੰਚ ਗਈ? ਜਿਲਾਨ ਦੇ ਵਿੱਚ ਪਹੁੰਚ ਗਈ। ਜਾ ਕੇ ਪੁੱਛਦੀ ਫਿਰਦੀ ਹੈ ਕਿ ਪੀਰਾਂ ਦਾ ਦਰ ਕਿੱਥੇ ਹੈ? ਕੌਣ ਜਨਾਬ? ਪੀਰਾਂ ਨੇ ਪੀਰ ਦਸਤਗੀਰ ਗੌਸ ਪਾਕ ਆਪਣੇ ਯਾਰਾਂ ਦੋਸਤਾਂ ਦੇ ਨਾਲ ਖੇਡ ਫਿਰ ਰਹੇ ਨੇ। ਜਿਸ ਵਕਤ ਮਾਈ ਨੂੰ ਦੇਖ ਰਹੇ ਨੇ ਕਿ ਮਾਈ ਜਾ ਰਹੀ ਇੱਕ ਦਰ ਤੇ ਚਲੀ ਗਈ, ਜਾ ਕੇ ਸਲਾਮ ਕੀਤਾ। ਜਿਸ ਵਕਤ ਉਹਨਾਂ ਨੇ ਸਵਾਲ ਕੀਤਾ ਜਨਾਬ ਅਬੂ ਸਵਾਲਾ ਨੇ ਕਿ ਬੀਬੀ ਕੈਸੇ ਆਈ ਹੋ, ਤਾਂ ਬੀਬੀ ਨੇ ਕਿਹਾ ਕਿ ਹਜ਼ੂਰ ਮੇਰੇ ਔਲਾਦ ਨੀ, ਆਪ ਦੇ ਦਰ ਤੇ ਮੈਂ ਆਈ ਹਾਂ, ਇੱਕ ਬੱਚਾ ਮੇਰੇ ਹੋ ਜਾਵੇ ਔਰ ਮੈਂ ਵੀ ਇਸ ਜਹਾਨ ਦੇ ਵਿੱਚ ਔਲਾਦ ਵਾਲੀ ਹੋ ਜਾਵਾਂ। ਹਜ਼ੂਰ ਨੇ ਜਿਸ ਵਕਤ ਦੇਖਿਆ, ਨਜ਼ਰ ਮਾਰੀ ਤਾਂ ਕਿਹਾ ਕਿ ਤੇਰੀ ਤਾਂ ਬੀਬੀ ਤਕਦੀਰ ਦੇ ਵਿੱਚ ਔਲਾਦ ਹੈ ਨਹੀਂ। ਬੀਬੀ ਨਿਰਾਸ਼ ਹੋ ਕੇ ਬਾਹਰ ਆ ਗਈ। ਬਜ਼ੁਰਗੋ ਦੋਸਤੋ, ਜਿਸ ਵਕਤ ਆ ਰਹੀ ਹੈ ਜਨਾਬ ਪੀਰਾਂ ਨੇ ਪੀਰ ਦਸਤਗੀਰ ਗੌਸ ਪਾਕ, ਦੇਖਦੇ ਨੇ ਕਿ ਬੀਬੀ ਜਾਂਦੀ ਹੋਈ ਕੁਛ ਹੋਰ ਮੂੰਹ ਲਈ ਜਾਂਦੀ ਸੀ, ਕੁਛ ਉਮੀਦ ਨਾਲ ਜਾਂਦੀ ਸੀ ਔਰ ਹੁਣ ਮਾਯੂਸ ਹੋਈ ਆ ਰਹੀ ਹੈ। ਆਪ ਆ ਕੇ ਮੂਹਰੇ ਖੜੇ ਹੋ ਗਏ। ਬੀਬੀ ਮਾਈ ਕੀ ਕਰਨ ਗਈ ਸੀ? ਉਹ ਕਹਿਣ ਲੱਗੀ ਕਿ ਮੇਰੇ ਔਲਾਦ ਨੇ, ਮੈਂ ਔਲਾਦ ਲੈਣ ਗਈ ਸੀ। ਫਿਰ ਕੀ ਹੁਕਮ ਹੋਇਆ? ਕਿ ਹੁਕਮ ਹੋਇਆ ਕਿ ਤੇਰੇ ਕਿਸਮਤ ਦੇ ਵਿੱਚ, ਤੇਰੀ ਤਕਦੀਰ ਦੇ ਵਿੱਚ ਔਲਾਦ ਨਹੀਂ ਹੈ? ਫਿਰ ਆਪ ਹਜ਼ੂਰ ਕਹਿਣ ਲੱਗੇ, ਕੌਣ ਜਨਾਬ? ਪੀਰਾਂ ਨੇ ਪੀਰ ਦਸਤਗੀਰ ਗਹਿਰਾ ਨਾਮ ਦੇ ਵਾਲੀ। ਕਿ ਮਾਈ ਤੈਨੂੰ ਮੰਗਣਾ ਨਹੀਂ ਆਇਆ, ਮਾਈ ਤੈਨੂੰ ਮੰਗਣਾ ਨਹੀਂ ਆਇਆ ਕਿ ਕਿਵੇਂ ਮੰਗਾ? ਕਿ ਹੁਣ ਫੇਰ ਜਾ ਕੇ ਕਹੀਂ ਕਿ ਜੇ ਹਜ਼ੂਰ ਮੇਰੀ ਤਕਦੀਰ ਦੇ ਵਿੱਚ ਔਲਾਦ ਹੁੰਦੀ, ਮੈਂ ਤੁਹਾਡੇ ਦਰ ਤੇ ਕਿਉਂ ਆਉਣਾ ਸੀ? ਮੇਰੀ ਤਾਂ ਤਕਦੀਰ ਚ ਔਲਾਦ ਹੈ ਹੀ ਨਹੀਂ, ਤੁਸੀਂ ਲਿਖਦੇ ਹੋ। ਆਹਾ, ਉਹ ਬੀਬੀ ਦੇ ਦਿਮਾਗ 'ਚ ਗੱਲ ਆ ਗਈ। ਫਿਰ ਜਾ ਕੇ ਖੋਲੇ ਉਮਲੇ ਲੱਗ ਕੇ ਖੜ ਗਈ। ਕੌਣ ਜਨਾਬ? ਪੀਰਾਂ ਨੇ ਪੀਰ ਦਸਤਗੀਰ ਗੌਸ ਪਾਕ ਦੇ ਵਾਲਿਦ ਸਾਹਿਬ ਜਨਾਬ ਅਬੂ ਸਵਾਲਾ ਬਾਹਰ ਤਸ਼ਰੀਫ ਲੈ ਆਏ। ਜਦ ਦੇਖਿਆ ਕਿ ਬੀਬੀ ਗਈ ਨਹੀਂ, ਆਪ ਨੇ ਫਰਮਾਇਆ ਕਿ ਬੀਬੀ ਹਾਲ ਤੂੰ ਗਈ ਨਹੀਂ? ਉਹ ਮਾਈ ਕਹਿੰਦੀ, ਨਹੀਂ ਹਜ਼ੂਰ ਮੈਂ ਨਹੀਂ ਗਈ। ਜਦ ਤੈਨੂੰ ਕਿਹਾ ਕਿ ਤੇਰੇ ਕਿਸਮਤ 'ਚ ਔਲਾਦ ਹੈ ਨਹੀਂ, ਤੇਰੀ ਤਕਦੀਰ 'ਚ ਔਲਾਦ ਹੈ ਨਹੀਂ। ਬਜ਼ੁਰਗੋ ਦੋਸਤੋ, ਉਹ ਮਾਈ ਨੇ ਕਿਹਾ ਕਿ ਹਜ਼ੂਰ ਜੇ ਮੇਰੀ ਕਿਸਮਤ ਵਿੱਚ ਔਲਾਦ ਹੁੰਦੀ, ਫਿਰ ਮੈਂ ਤੇਰੇ ਦਰ ਤੇ ਕਿਉਂ ਆਉਣਾ ਸੀ? ਆਹਾ, ਮੈਂ ਤੇਰੇ ਦਰ ਤੇ ਤੁਹਾਡੇ ਦਰ ਤੇ ਕਿਉਂ ਆਉਣਾ ਸੀ? ਆਤਮਾ
ਕਰ ਦੇਵੇ। ਜਨਾਬ ਪੀਰਾਂ ਨੇ ਪੀਰ ਦਸਤਗੀਰ ਗੋਸ ਪਾਕ ਕੀ ਕਰ ਦੇਣ, ਰੱਬ ਸ਼ਾਹਾਂ ਤੋਂ ਮੰਗਤਾ ਬਣਾ ਸਕਦਾ ਹੈ, ਲੇਕਿਨ ਜਨਾਬ ਪੀਰਾਂ ਨੇ ਪੀਰ ਦਸਤਗੀਰ ਗੋਸ ਪਾਕ ਮੰਗਤੇ ਤੋਂ ਬਾਦਸ਼ਾਹ ਬਣਾ ਸਕਦੇ ਨੇ। ਰੱਬ ਸ਼ਾਹਾਂ ਨੂੰ ਆਕਾ ਦਾ ਸੱਲ।